ਵੱਡੀ ਸਫਲਤਾ। ਭਾਰੀ ਮਾਤਰਾ ਵਿੱਚ ਹੈਰੋਇਨ, ਇੱਕ ਡਰੋਨ ਅਤੇ ਪਿਸਤੌਲ ਸਮੇਤ 6 ਗ੍ਰਿਫਤਾਰ। 1 ਦੀ ਭਾਲ ਜਾਰੀ। ਗੁਰਦਾਸਪੁਰ ਪੁਲਿਸ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ 6 ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹਨਾਂ ਵਿੱਚੋਂ 1 ਕਿਲੋ 1 ਪਾਕਿਸਤਾਨ ਵੱਲੋਂ ਭੇਜਿਆ ਗਿਆ। ਡਰੋਨ ਵੀ ਬਰਾਮਦ ਕੀਤਾ ਗਿਆ ਹੈ। ਇਹਨਾਂ ਤਸਕਰਾਂ ਕੋਲੋਂ 875 ਗ੍ਰਾਮ ਹੈਰੋਇਨ, 1 ਪਿਸਤੌਲ, 4 ਬੰਦੂਕਾਂ, 3 ਲੱਖ ਰੁਪਏ ਦੀ ਡਰੱਗ ਮਨੀ ਅਤੇ 1 ਕਾਰ ਬਰਾਮਦ ਕੀਤੀ ਗਈ ਹੈ। ਸ਼੍ਰੀ ਦਾਇਮਾ ਹਰੀਸ਼, IPS SSP ਗੁਰਦਾਸਪੁਰ, ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਮਾਨਯੋਗ DGP ਸਾਹਿਬ ਪੰਜਾਬ ਦੇ ਨਿਰਦੇਸ਼ਾਂ ਦੇ ਤਹਿਤ ਜਿਹੜਾ ਹੈਗਾ ਸਾਡੇ DSP ਸੁਖਵਿੰਦਰ ਸਿੰਘ, ਸੁਖਵਿੰਦਰਪਾਲ ਸਿੰਘ DSP ਦੀਨਾਨਗਰ, SHO ਬਹਿਰਾਮਪੁਰ ਸਮੇਤ ਇਹਨਾਂ ਦੀ ਫੋਰਸ ਦੇ BSF ਜਿਹੜੀ ਹੈਗੀ ਹੈ ਨਾਲ ਬੋਰਡ BOP ਦੇ ਨਾਲ ਤੈਨਾਤ ਹੈ, ਉਹਨਾਂ ਦੇ ਸਹਿਯੋਗ ਨਾਲ ਜਿਹੜਾ ਹੈਗਾ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਸਰਚ ਆਪਰੇਸ਼ਨ ਦੇ ਦੌਰਾਨ ਪਿੰਡ ਮਾਮੂਵਾਲ ਦੇ ਖੇਤਾਂ ਵਿੱਚੋਂ ਜਿਹੜੇ ਸਰਚ ਕਰ ਰਹੇ ਸੀ ਉੱਥੇ ਦੌਰਾਨ ਸਰਚ ਜਿਹੜਾ ਹੈਗਾ 470 ਗ੍ਰਾਮ ਜਿਹੜੀ ਹੈਰੋਇਨ ਹੈ ਪੈਕਟ ਉੱਥੋਂ ਬਰਾਮਦ ਹੋਇਆ ਸੀ ਅਤੇ ਉਹਦੇ 'ਤੇ ਮੁਕਦਮਾ ਦਰਜ ਕੀਤਾ। 1185 NDBO ਥਾਣਾ ਬਰਾਮਪੁਰ ਮੁਕਦਮਾ ਦਰਜ ਕੀਤਾ। ਇਸੇ ਦੜੀ ਦੇ ਤਹਿਤ ਵਿੱਚ 9/3/24 ਨੂੰ SHO ਦਰਾਂਗਲਾ ਨੂੰ ਮੁਖਬਰੀ ਹੋਈ ਸੀ ਵੀ ਕੋਈ ਜਿਹੜੇ ਹੈਗਾ ਨਸ਼ੀਲਾ ਪਦਾਰਥ ਜਿਹੜਾ ਹੈਗਾ ਉਹ ਅੰਮ੍ਰਿਤਸਰ ਸਾਈਡ ਤੋਂ ਜਿਹੜੇ ਲੈ ਕੇ ਆ ਰਹੇ ਨੇ। ਸੋ SHO ਦਰਾਂਗਲ ਨੇ ਨਾਕਾ ਲਾਇਆ ਸੀ, ਬਬਰੀ ਨਾਕਾ, ਹਾਈਟੈਕ ਨਾਕਾ, ਬਬਰੀ ਬਾਈਪਾਸ ਦੌਰਾਨੇ ਨਾਕੇ 'ਤੇ ਇੱਕ ਵਰਨਾ ਗੱਡੀ ਰੁਕ ਕੇ ਚੈੱਕ ਕੀਤੀ ਗਈ। ਚੈਕਿੰਗ ਦੌਰਾਨ ਉਹਦੇ ਵਿੱਚ 2 ਸ਼ਖਸ ਕਾਬੂ ਕੀਤੇ ਮੌਕੇ ਤੋਂ, ਜਿਨ੍ਹਾਂ ਨੇ ਆਪਣਾ ਨਾਂ ਗੁਰਜੀਤ ਸਿੰਘ ਕਾਲੂ ਅਤੇ ਸਤਰਾਮ ਸਿੰਘ ਜਿਹੜੇ ਹੈਗੇ ਮੌਕੇ ਤੋਂ ਬਰਾਮ ਕਾਬੂ ਕੀਤੇ। ਸੋ ਜੋ ਗੱਡੀ ਦੀ ਚੈਕਿੰਗ ਕੀਤੀ ਗਈ, ਇਹਨਾਂ ਦੀ ਤਲਾਸ਼ੀ ਦੌਰਾਨ ਸਤਰਾਮ ਸਿੰਘ ਕਾਲੂ ਦੇ ਕੋਲੋਂ 405 ਗ੍ਰਾਮ ਜਿਹੜੀ ਹੈਰੋਇਨ ਹੈ ਮੌਕੇ ਤੋਂ ਮਿਲੀ, ਜੋ ਖੱਬੀ ਸੀਟ ਦੇ ਥੱਲੇ ਜਿਹੜੀ ਹੈਗੀ ਉੱਥੋਂ ਬਰਾਮਦ ਕੀਤੀ ਗਈ। ਅਤੇ ਗੁਰਜੀਤ ਕਾਲੂ ਜਿਹੜਾ ਡਰਾਈਵ ਕਰ ਰਿਹਾ ਸੀਗਾ ਉਹਦੇ ਕੋਲੋਂ ਇੱਕ ਪਿਸਟਲ, 30 ਬੋਰ ਸਮੇਤ 4 ਰਾਊਂਡ ਕਾਬੂ ਕੀਤੇ। ਸੋ ਫਰਦਰ ਇਹਨਾਂ ਦੀ ਹੋਰ ਪੁੱਛਗਿੱਛ 'ਤੇ ਅੱਗੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ 1 ਲੱਖ ਡਰੱਗ ਮਨੀ ਅਤੇ 1 ਡਰੋਨ ਜਿਹੜਾ ਹੈਗਾ ਇੱਥੇ ਮੌਕੇ 'ਤੇ ਉਹਨਾਂ ਦੇ ਉੱਥੋਂ ਬਰਾਮਦ ਕੀਤਾ ਗਿਆ। ਉਹਨਾਂ ਦੀ ਅਨਸ਼ਾਪ 'ਤੇ ਜਾ ਕੇ ਜਿੱਥੇ ਸਰਚ ਵਗੈਰਾ ਕੀਤੀ ਜਾ ਰਹੀ ਸੀ ਉੱਥੋਂ ਜਾ ਕੇ ਬਰਾਮਦ ਕੀਤਾ ਗਿਆ। ਸੋ ਇਹਨਾਂ ਦੀ ਹੋਰ ਪੁੱਛਗਿੱਛ ਕੀਤੀ ਕਿ ਦੌਰਾਨੇ ਪੁੱਛਗਿੱਛ ਇਹਨਾਂ ਨੇ ਜਿਹੜੀ ਹੈਗੀ ਹੈ ਹਰਪ੍ਰੀਤ ਸਿੰਘ ਹੈਪੀ ਜਿਹੜਾ ਬੰਦਾ ਹੈਗਾ ਦੋਸਤਪੁਰ ਦਾ ਇਹਨਾਂ ਵਾਲਾ ਉਹਨੂੰ ਕਾਬੂ ਕੀਤਾ। ਸੋ ਇਹਨਾਂ ਦੀ ਪੁੱਛਗਿੱਛ ਆਇਆ ਸੀ ਵੀ ਇੱਕ ਹੋਰ ਡਰੱਗ ਮਨੀ ਜਿਹੜੀ ਹੈਗੀ ਹੈ, ਸੋ ਉਹਦੇ ਕੋਲੋਂ 2 ਲੱਖ ਡਰੱਗ ਮਨੀ ਜਿਹੜੀ ਹੈਗੀ ਬਰਾਮਦ ਕੀਤੀ ਗਈ। ਇਸੇ ਕੰਟੀਨਿਊਸ਼ਨ ਦੇ ਵਿੱਚ ਸੋ ਜਿਹੜਾ ਇਹ ਮੇਨ ਰੈਕਡ ਜਿਹੜਾ ਸੀਗਾ ਇਹਨਾਂ ਦੀ ਦੌਰਾਨੇ ਇਨਸ਼ਾਫ ਇਹ ਸਾਹਮਣੇ ਆਇਆ ਜਿਹੜੇ ਇਹ ਹੈੱਡ ਸਰਗਨਾ ਇਹ ਹਰਜੀਤ ਸਿੰਘ ਜੀਤ ਹੈ ਅਤੇ ਸੁਰਿੰਦਰ ਸਿੰਘ ਕਾਲੂ ਹੈ, ਸੁਰਿੰਦਰ ਸਿੰਘ ਉਰਫ ਕਾਲੂ। ਜਿਹੜਾ ਹਰਜੀਤ ਜੀਤਾ ਜਿਹੜਾ ਹੈਗਾ ਇਹ ਅੰਮ੍ਰਿਤਸਰ ਜੇਲ੍ਹ 'ਚ ਬੰਦ ਹੈ ਅਤੇ ਸੁਰਿੰਦਰ ਕਾਲੂ ਫਰੀਦਕੋਟ ਜੇਲ੍ਹ 'ਚ ਬੰਦ ਨੇ। ਜੋ ਮੇਨ ਰੈਕਟ ਜਿਹੜੇ ਚਲਾ ਰਹੇ ਨੇ ਇਹ ਦੋਨੇ ਬੰਦੇ ਨੇ, ਇਹਨਾਂ ਦੇ ਥਰੂ ਜਿਹੜੇ ਸਪਲਾਈ ਕਰਨ ਵਾਲੇ ਬੰਦੇ ਸਪਲਾਇਰ ਨੇ ਅੱਗੇ ਇਹ ਗੁਰਜੀਤ ਕਾਲੂ, ਸਤਨਾਮ ਹੈਪੀ ਅਤੇ ਰਣਜੋਰ ਜੋਧਾ ਅਤੇ ਹਰਮੀਤ ਇਹ ਅੱਗੇ ਸਪਲਾਈ ਕਰਦੇ ਸੀ। ਸੋ ਅੱਗੇ ਇਹਨਾਂ ਵਿੱਚੋਂ ਜਿਹੜੇ ਬੰਦੇ ਅਸੀਂ ਅਰੈਸਟ ਕਰ ਲਏ ਨੇ ਇਹ ਸਾਰੇ ਬੰਦੇ ਤਕਰੀਬਨ ਅਸੀਂ ਗ੍ਰਿਫਤਾਰ ਕਰ ਲਏ ਨੇ। ਪ੍ਰੋਡਕਸ਼ਨ ਮੰਡ 'ਤੇ ਲਿਆ ਕੇ ਜਿਹੜੇ ਮੇਨ ਜਿਹੜੇ ਦੋਸ਼ੀ ਸੀ ਉਹਨਾਂ ਵਿੱਚੋਂ ਸਾਰੇ ਕਾਬੂ ਕਰ ਲਏ ਨੇ। 1 ਬੰਦਾ ਜਿਹੜਾ ਹੈਗਾ ਸੁਰਿੰਦਰ ਕਾਲੂ ਉਹਨੂੰ ਅਰੈਸਟ ਕਰਨਾ ਬਾਕੀ ਹੈ। ਸੋ ਹੁਣ ਤੱਕ ਜਿਹੜੀ ਹੈਗੀ ਹੈ ਸਾਡੇ ਜਿਹੜੀ ਕੁੱਲ ਬਰਾਮਦਗੀ ਆ 875 ਗ੍ਰਾਮ ਹੈਰੋਇਨ ਹੈ,
ਇੱਕ ਪਿਸਤੌਲ 30 ਬੋਰ ਸਮੇਤ 4 ਰਾਉਂਡ ਦਾ ਜਿੰਦਾ 4 ਰਾਉਂਡ ਜਿੰਦਾ ਇੱਕ ਡਰੋਨ 3 ਲੱਖ ਡਰੱਗ ਮਨੀ ਇੱਕ ਵਰਨਾ ਕਾਰ ਹੈ ਵਾਈਟ ਕਲਰ ਇੱਕ ਮੋਬਾਈਲ ਹੈ ਜੋੜਾ ਮੋਬਾਈਲ ਜਿਹੜਾ ਹੈਗਾ ਮੇਨ ਜਿਹੜਾ ਹਰਜੀਤ ਜੀਤਾ ਜਿਹੜਾ ਹੈਗਾ ਮੇਨ ਦੋਸ਼ੀ ਉਹ ਤੋਂ ਮੋਬਾਈਲ ਬਰਾਮਦ ਕੀਤਾ ਅਸੀਂ ਉਹ ਵੀ ਅਸੀਂ ਅਨੈਲਿਸਿਸ ਕਰਵਾ ਰਹੇ ਹਾਂ।